ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਪ੍ਰੋਫੈਸਰ ਸਾਹਿਬ ਹੁਣਾਂ ਨੇ ਕਿਹਾ, ਇਹ ਸਾਡਾ ਨਿੱਜੀ ਫਰਜ਼ ਬਣਦਾ ਹੈ ਅਤੇ ਅਸੀਂ ਇਹਦੇ ਉੱਤੇ ਪੂਰਾ ਕੰਮ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੋ ਅੱਜ ਦਾ ਸਮਾਗਮ ਹੈ, ਇਹਨਾਂ ਔਰਗੇਨਾਈਜ਼ਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਇਹਨਾਂ ਦਾ ਕੱਲਿਆਂ ਦਾ ਪ੍ਰੋਗਰਾਮ ਹੀ ਸਾਰੀ ਕੌਮ ਦਾ ਹੈ। ਸੋ ਜੇ ਇਹਨਾਂ ਨੇ ਜੋ ਕੁਛ ਵੀ ਆਪ ਸਾਨੂੰ ਦੱਸਿਆ ਹੈ, ਰਿਪੀਟ ਨਹੀਂ ਕਰਨਾ, ਜੋ ਸਦਾਈ ਹੋਈ ਹੈ, ਅਸੀਂ ਆਪਣੀ ਸਟੇਜਾਂ ਤੋਂ, ਮੈਂ ਸਿੰਘ ਸਭਾ ਨੂੰ ਬੋਲਦਾ ਹਾਂ, ਇਹ ਜ਼ਰੂਰ ਅਸੀਂ ਹਰ ਹਫ਼ਤੇ ਇਸ ਨੂੰ ਸਟੇਜ ਦੇ ਉੱਤੋਂ ਸੰਗਤਾਂ ਨੂੰ ਦਰਸਾਉਂਦੇ ਰਹਾਂਗੇ। ਔਰ ਜਿੱਥੇ ਕਿਤੇ ਸਾਡੇ ਲਿਖਤ ਵੀ ਆਇਆ ਹੈ, ਉੱਥੇ ਵੀ ਅਸੀਂ ਇਹੋ ਪੰਫਲੇਟ ਜੁੜੇ ਹੈ ਉਹਨਾਂ ਨੂੰ ਦਰੁਸਤ ਕਰਾਂਗੇ। ਸੋ ਇਹ ਸਾਡਾ ਫਰਜ਼ ਬਣਦਾ ਹੈ। ਬਾਕੀ ਇੱਕ ਮੈਂ ਜ਼ਰੂਰ ਗੱਲ ਕਹਿਣੀ ਚਾਹੁੰਦਾ ਬਈ ਸੱਜਣੋ, ਜਿੱਦਾਂ ਅਸੀਂ ਆਪਣੇ ਭਵਿੱਖ ਵਾਸਤੇ ਇੱਥੇ ਆਏ ਸੀ, ਉਹ ਬਜ਼ੁਰਗ ਵੀ ਇੱਦਾਂ ਹੀ ਆਏ ਸੀਗੇ। ਅੱਜ ਅਸੀਂ ਉਹ ਆਹ ਹੀ ਥਾਂ ਆ। ਇਮੈਜਿਨ ਕਰੋ, ਜੇ ਲੋਕ ਨੇ ਮੋੜਿਆ ਹੋਊਗਾ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ। ਪਰ ਚੜ੍ਹਦੀ ਕਲਾ 'ਚ ਰਹੇ, ਅਸੀਂ ਵੀ ਚੜ੍ਹਦੀ ਕਲਾ 'ਚ ਰਹਿਣਾ, ਅਤੇ ਅਸੀਂ ਇਹ ਕਿਸੇ ਨੂੰ ਵਿਰੋਧਤਾ ਦੇ ਨਾਲ ਨਹੀਂ, ਅਸੀਂ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਹੈ ਇਹ ਦੁਨੀਆ ਤੱਕ ਪਹੁੰਚਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਮੈਨੇਜਮੈਂਟ ਕਮੇਟੀ ਵੱਲੋਂ ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਵਧਾਈ ਦਿੰਦਾ। ਔਰ ਸਾਡੇ, ਅਸੀਂ ਤੁਹਾਡੇ ਨਾਲ ਡਟ ਕੇ ਖੜ੍ਹੇ ਹਾਂ, ਸਾਡਾ ਪੂਰਾ ਸਾਥ ਤੁਹਾਡੇ ਨਾਲ। ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਜਿੰਨੇ ਵੀ ਔਰਗਨਾਈਜ਼ਰ ਹੈ ਇਹਨੂੰ ਬਹੁਤ ਵਧਾਈ ਪੇਸ਼ ਕਰਦਾ ਹਾਂ। ਦੂਜਾ, ਜਿਸ ਤਰ੍ਹਾਂ ਕਹਿ ਰਹੇ ਸੀ ਧਾਲੀਵਾਲ ਹੁਣੀ ਵੀ ਕਹਿ ਰਹੇ ਸੀ ਵੀ ਉਹ ਪਰੂਫ ਚਾਹੀਦਾ ਇਹਦਾ ਪਿੱਛੇ, ਹੈ ਨਾ, ਜਿਹੜੇ ਸਾਨੂੰ ਬੈਕਗਰਾਊਂਡ ਠੀਕ ਚਾਹੀਦੀ ਹੈ ਤਾਂ ਕਿ ਬਾਕੀਆਂ ਨੂੰ ਦੱਸ ਸਕੀਏ। ਮੈਂ ਦੋ ਚਾਰ ਅੱਖਰ ਕਹਿਣੇ ਚਾਹੁੰਦਾ ਹਾਂ ਵੀ ਇੱਕ ਤਾਂ ਇਹ ਆ, ਜਦੋਂ ਗੁਰੂ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਨੇ ਇਹ ਪੰਥ ਚਲਾਇਆ, ਸਿੱਖ ਧਰਮ ਸ਼ੁਰੂ ਚਾਇਆ, ਆਮ ਤੁਸੀਂ ਢਾਡੀ ਜਾਂ ਸੰਗਤਾਂ ਤੋਂ ਗਾਉਂਦੇ ਹੁੰਦੇ ਸੀ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆ ਜਾਓ ਜਿਹਨੇ ਪਾਰ ਲੰਘਣਾ, ਇਹ ਆਮ ਇਹ ਧਾਰਨਾ ਹੁੰਦੀ ਸੀ ਸਾਡੇ ਪਿੰਡਾਂ ਦੇ ਵਿੱਚ। ਹੁਣ ਜਿਸ ਵੇਲੇ ਬਾਬਾ ਗੁਰਦਾਸ ਸਿੰਘ ਉਹਨਾਂ ਨੇ ਜਪਾਨੀਆ ਤੋਂ ਵੀ ਜਹਾਜ਼ ਖਰੀਦ ਲਿਆ, ਕਾਮਾ ਗੇਟਾ ਮਹਿਰੂ ਸਾਹਿਬ ਨੇ ਪਟਾ ਲਿਖਾ ਲਿਆ, ਉਹ ਤਾਂ ਖਰੀਦਿਆ, ਰੈਂਟ ਦੇਣਾ ਸ਼ੁਰੂ ਕਰਤਾ, ਪਰ ਉਸ ਵੇਲੇ ਇਹ ਆਵਾਜ਼ ਬਿਲਕੁਲ ਇਹ ਹੋਊਗੀ ਜਿਹਨੇ ਕੈਨੇਡਾ ਨੂੰ ਜਾਣਾ ਆ, ਆ ਜਾਓ ਗੁਰੂ ਕਾ ਜਹਾਜ਼ ਆ ਗਿਆ, ਅਤੇ ਆ ਜਾਓ ਜਿਹਨੇ ਕੈਨੇਡਾ ਪਹੁੰਚਣਾ ਆ। ਸੋ ਸਾਨੂੰ ਕੋਈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ, ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸ਼ੁਰੂ ਤੋਂ ਹੀ ਇਹ ਆਮ ਪਿੰਡਾਂ 'ਚ ਅਤੇ ਆਮ ਇੱਦਾਂ ਚੱਲਦੀਆਂ ਵੀ ਗੁਰਾਂ ਨੇ ਜਹਾਜ਼ ਬਣਾਇਆ, ਆ ਜਾਓ ਜਿਹਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ ਸਾਰਿਆਂ ਦਾ ਰਲ ਮਿਲ ਕੇ ਬੜਾ ਚੰਗਾ ਕਦਮ ਹੈ, ਅਤੇ ਆਪਾਂ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਵੀ ਸਾਡੀ ਜਿਹੜੀ ਹਿਸਟਰੀ ਹੈ ਉਹਨੂੰ ਪ੍ਰਜਰਵ ਕਰਨ ਵਾਸਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਹ ਆਪਣੀ ਹਿਸਟਰੀ ਨੂੰ ਜਿੰਦਾ ਰੱਖ ਸਕੀਏ। ਇਹ ਬੜਾ ਸ਼ਲਾਘਾਯੋਗ ਹੈ। ਮੈਂ ਗੁਰਵਿੰਦਰ ਸਿੰਘ ਧਾਲੀਵਾਲ ਦਾ ਅਤੇ ਸਮੂਹ ਸਿੱਖ ਸੰਸਥਾਵਾਂ ਦਾ ਜਿਨ੍ਹਾਂ ਨੇ ਇਹ ਵਿੱਚ ਸਹਿਯੋਗ ਦਿੱਤਾ, ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਗੁਰਵਿੰਦਰ ਸਿੰਘ ਧਾਲੀਵਾਲ ਹੁਣਾਂ ਦੇ ਸੱਦੇ ਦੇ ਉੱਤੇ ਜਾਂ ਨੌਜਵਾਨਾਂ ਦੇ ਸੱਦੇ ਦੇ ਉੱਤੇ ਇਹ ਜੋ ਇੱਕ ਹੋਈ ਅਚੂਕ ਨੂੰ ਸੁਧਾਰਨ ਦੇ ਵਾਸਤੇ, ਜੋ ਉਸ ਜਹਾਜ਼ ਦਾ ਅਸਲੀ ਨਾਮ ਹੈ ਗੁਰੂ ਨਾਨਕ ਨਾਮ ਜਹਾਜ਼, ਗੁਰੂ ਨਾਨਕ ਜਹਾਜ਼,
ਉਹ ਕਰਨ ਦੇ ਵਾਸਤੇ ਕੀਤਾ ਜਾ ਰਿਹਾ ਉਪਰਾਲਾ ਹੈ, ਉਹਦੇ ਵਿੱਚ ਸਹਿਯੋਗ ਦੇਣ ਦੇ ਵਾਸਤੇ ਪਹੁੰਚੇ ਹਾਂ। ਸੋ ਖਾਲਸਾ ਜੀ, ਇਹ ਚੂਕ ਕਿਸੇ ਸਮੇਂ ਹੋਈ, ਉਸ ਸਮੇਂ ਵੀ ਸਤਰਕ ਹੋਣ ਦੀ ਸਾਨੂੰ ਲੋੜ ਸੀ। ਸੋ ਅੱਜ ਫਿਰ ਉਸ ਤਰ੍ਹਾਂ ਦੇ ਹੋਰ ਵੀ ਬਹੁਤ ਯਤਨ ਹੋ ਰਹੇ ਨੇ, ਸੋ ਉਹਨਾਂ ਦੇ ਵਿੱਚ ਵੀ ਸਾਨੂੰ ਸਤਰਕ ਹੋਣ ਦੀ ਲੋੜ ਹੈ। ਇਹ ਨਾ ਹੋਵੇ ਕਿ ਆਉਣ ਵਾਲੇ 100 ਸਾਲ ਬਾਅਦ ਫਿਰ ਅਸੀਂ ਉਹਨੂੰ ਫਿਰ ਦੁਬਾਰਾ ਚੇਂਜ ਕਰਦੇ ਫਿਰੀਏ। ਸੋ ਸਮੇਂ ਸਮੇਂ ਦੇ ਉੱਤੇ ਸਾਨੂੰ ਜਾਗਰਤ ਰਹਿਣਾ ਪਊਗਾ। ਜਿੱਥੇ ਗੁਰਦੁਆਰਿਆਂ ਦਾ ਆਪਣਾ ਜੋ ਕਾਰਜ ਹੈ, ਗੁਰੂ ਘਰਾਂ ਦਾ, ਸੁਸਾਇਟੀਆਂ ਦਾ, ਸੋ ਸਾਰੇ ਹੀ ਜ਼ਿੰਮੇਵਾਰੀ ਨਾਲ ਸਮਝਣ, ਪੱਤਰਕਾਰ ਵਰਗ ਆਪਣਾ ਜ਼ਿੰਮੇਵਾਰੀ ਸਮਝੇ, ਜੋ ਸਾਡੇ ਚੁਣੇ ਹੋਏ ਨੁਮਾਇੰਦੇ ਹਨ ਉਹ ਆਪਣੀ ਜ਼ਿੰਮੇਵਾਰੀ ਸਮਝਣ, ਗੁਰੂ ਘਰਾਂ ਦੀਆਂ ਸੁਸਾਇਟੀਆਂ ਅਤੇ ਸਾਰੀਆਂ ਸੰਸਥਾਵਾਂ ਉਹ ਆਪਣੀ ਜ਼ਿੰਮੇਵਾਰੀ ਸਮਝਣ। ਮੈਂ ਸਮਝਦਾ ਕਿ ਜੇ ਸਮੇਂ ਸਿਰ ਆਪਾਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਤਾਂ ਇਹ ਡਿਸਕ੍ਰੀਮੀਨੇਸ਼ਨ ਨਹੀਂ ਹੋ ਸਕਦੀ। ਇਹ ਡਿਸਕ੍ਰੀਮੀਨੇਸ਼ਨ ਅੱਜ ਵੀ ਪੰਜਾਬ ਤੋਂ ਆ ਰਿਹਾ, ਜਿਹੜੇ ਨਵੇਂ ਬੱਚੇ ਨੇ ਸਾਡੇ, ਉਹ ਚਾਹੇ ਭਾਰਤ ਦੇ ਜ਼ਾਲਮ ਸਰਕਾਰ ਤੋਂ ਸਤਾਏ ਹੋਏ ਆ ਰਹੇ ਨੇ, ਜਾਂ ਹਾਲਾਤ ਇਹੋ ਜਿਹਾ ਬਣ ਗਿਆ ਕਿ ਉਹ ਆ ਰਹੇ ਨੇ, ਉਹਨਾਂ ਦਾ ਆਪਾਂ ਸਹਿਯੋਗ ਦੇਈਏ ਇੱਕ ਤਰੀਕੇ ਦੇ ਨਾਲ। ਉਹਨਾਂ ਨੂੰ ਵੀ ਆਪਾਂ ਜਦੋਂ ਸਹਿਯੋਗ ਨਹੀਂ ਕਰਦੇ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਡਿਸਕ੍ਰੀਮੀਨੇਸ਼ਨ ਹੁੰਦੀ ਆ, ਮੈਨੂੰ ਉਦੋਂ ਹੀ ਲੱਗਣ ਲੱਗ ਪੈਂਦਾ ਵੀ ਇਹਨਾਂ ਦੇ ਨਾਲ ਵੀ ਉਹੀ ਹਾਲਾਤ ਹੋ ਰਹੇ ਆ। ਸੋ ਬਹੁਤ ਹੀ ਧੰਨਵਾਦ ਹੈ ਜਿਹੜੀਆਂ ਸੁਹਿਰਦ ਰੂਹਾਂ ਇਸ ਕੰਮਾਂ ਵਾਸਤੇ ਲੱਗੀਆਂ ਹੋਈਆਂ ਨੇ, ਚਾਹੇ ਉਹ ਕਲਮਾਂ ਨੇ, ਚਾਹੇ ਉਹ ਨੰਗੇ ਧੜ ਹੋ ਕੇ ਲੱਗੇ ਹੋਏ ਨੌਜਵਾਨ ਸਾਡੇ ਵੀਰ ਨੇ, ਉਹਨਾਂ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ। ਸੋ ਸਾਰੇ ਰਲ ਮਿਲ ਕਰਕੇ ਇਹ ਜੋ ਗੁਰੂ ਕੇ ਬੋਲ ਵਾਲੇ ਦੇ, ਖਾਲਸਾ ਜੀ ਕੇ ਬੋਲ ਵਾਲੇ ਦੇ ਕਾਰਜ ਆ, ਇਹਨਾਂ ਦੇ ਵਿੱਚ ਸਾਰੇ ਡਟ ਕੇ ਲੱਗੀਏ ਤਨੋ ਮਨੋ ਧਨੋ, ਅਤੇ ਬਿਲਕੁਲ ਇਮਾਨਦਾਰੀ ਦੇ ਨਾਲ, ਅਤੇ ਗੁਰੂ ਜ਼ਰੂਰ ਫਤਿਹ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਸਾਰੀਆਂ ਸੁਸਾਇਟੀਆਂ ਦੇ ਸਾਡੇ ਨੁਮਾਇੰਦੇ ਨੌਜਵਾਨ ਵੀਰ ਮਨਿੰਦਰ ਸਿੰਘ ਜੀ ਦੋ ਸ਼ਬਦ ਕਹਿਣ, ਨਿਊਐਸਟ ਗੁਰਦੁਆਰਾ ਸਾਹਿਬ ਸੁੱਖ ਸਾਗਰ ਜਿਨ੍ਹਾਂ ਨੇ ਬਹੁਤ ਸੇਵਾ ਵੀ ਕੀਤੀ ਹੈ ਉਹਨਾਂ ਨੂੰ ਬੇਨਤੀ ਹੈ। ਨਾਲੋਂ ਨਾਲ ਮੈਂ ਇਸ ਤੋਂ ਪਹਿਲਾਂ ਸਮੂਹ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿੱਥੇ ਪ੍ਰਾਈਮ ਏਸ਼ੀਆ ਤੋਂ ਲਾਈਵ ਹੋ ਰਿਹਾ, ਸਾਂਝਾ ਟੀ ਵੀ ਤੋਂ ਹੋ ਰਿਹਾ, ਸਰਦਾਰੀ ਚੈਨਲ ਤੋਂ, ਇਸੇ ਤਰੀਕੇ ਨਾਲ ਚੈਨਲ ਪੰਜਾਬੀ, ਜਾਂ ਇਸ ਤੋਂ ਇਲਾਵਾ ਰੇਡੀਓ ਸਾਡੇ ਨਾਲ 1550 AM, 1600 AM ਰੇਡੀਓ ਪੰਜਾਬ, ਸ਼ੇਰੇ ਪੰਜਾਬ, ਰੈੱਡ FM, ਕੁਨੈਕਟ FM, ਮੀਡੀਆ ਵੇਵਸ, ਪੱਤਰਕਾਰ ਅਖਬਾਰ ਸਾਰੇ ਮੌਜੂਦ ਨੇ। ਇੱਕ ਤੋਂ ਇੱਕ ਵੱਧ ਕੇ ਸਾਰਿਆਂ ਨੇ ਸਹਿਯੋਗ ਦਿੱਤਾ, ਅਤੇ ਮੈਂ ਖਿਮਾ ਮੰਗਦਾ ਕਿਸੇ ਦਾ ਨਾਂ ਰਹਿ ਗਿਆ ਹੋਵੇ, ਤੁਹਾਡਾ ਆਪਣਾ ਪ੍ਰੋਗਰਾਮ ਹੈ, ਮੈਂ ਵੀ ਤੁਹਾਡੇ 'ਚੋਂ ਹੀ ਹਾਂ। ਗੁਰਪ੍ਰੀਤ ਸਿੰਘ, ਬਹੁਤ ਸ਼ੁਕਰੀਆ ਸਪਾਈਸ ਰੇਡੀਓ 1200, ਬਹੁਤ ਵਧੀਆ ਅੱਜ ਇਹਨਾਂ ਨੇ ਪ੍ਰੋਗਰਾਮ ਕੀਤਾ, ਤਹਿ ਦਿਲੋਂ ਧੰਨਵਾਦ। ਨਿਊ ਵੈਸਟ ਮਿਨਿਸਟਰ ਗੁਰਦੁਆਰਾ ਸਾਹਿਬ ਹਰਦੀਪ ਸਿੰਘ ਜੀ, ਬੇਨਤੀ ਹੈ ਇੱਕ ਮਿੰਟ ਵਾਸਤੇ, ਅਤੇ ਉਸ ਤੋਂ ਬਾਅਦ ਅਖੀਰਲੇ ਸਪੀਕਰ ਇਹਨਾਂ ਸਾਡੇ ਗੁਰਦੁਆਰਾ ਸੁਸਾਇਟੀਜ਼ ਦੇ ਵਿੱਚੋਂ ਹੋਣਗੇ ਮਨਿੰਦਰ ਸਿੰਘ ਜੀ। ਅਤੇ ਮੈਂ ਇੱਕ ਬੇਨਤੀ ਕਰਦਾ, ਜੇ ਕੋਈ ਗੁਰਦੁਆਰਾ ਸੰਸਥਾ ਰਹਿ ਗਈ ਹੋਵੇ ਤਾਂ ਬਹੁਤ ਧੰਨਵਾਦ ਸਹਿਤ ਉਹਨਾਂ ਨੂੰ ਜਿਉਂ ਆਖਦੇ ਹਾਂ ਜ਼ਰੂਰ ਆ ਸਕਦੇ ਹੋ, ਵਰਨਾ ਅਸੀਂ ਉਸ ਤੋਂ ਬਾਅਦ ਜਿਹੜੇ ਇੰਟਲੈਕਚੁਅਲ ਆ ਸਾਡੇ ਉਹਨਾਂ ਨੂੰ ਸ਼ਾਮਿਲ ਕਰਾਂਗੇ। ਸੋ ਬੇਨਤੀ ਹੈ ਹਰਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਗੁਰੂ ਨਾਨਕ ਜਹਾਜ਼ ਹੈ, ਸੋ ਮੈਂ ਪੂਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਸ ਟਾਈਮ ਵੀ ਕੋਈ ਵੀ ਆਪਾਂ ਪਾਰਲੀਮੈਂਟ ਦੇ ਵਿੱਚ ਕੁਛ ਵੀ ਪਾਸ ਕਰਦੇ ਹਾਂ, ਸੋ ਉਸ ਤੋਂ ਪਹਿਲਾਂ ਹੋਮਵਰਕ ਜ਼ਰੂਰ ਕਰਨਾ ਚਾਹੀਦਾ ਆ। ਸੋ ਇਸ ਗੁਰੂ ਨਾਨਕ ਜਹਾਜ਼ ਦੇ ਲਈ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਮੋਹਰੇ ਹੋ ਕੇ ਲੱਗੇ ਹੋਏ ਹਨ। ਸੋ ਸਾਡੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਸੁੱਖ ਸਾਗਰ ਇਹਨਾਂ ਦੇ ਨਾਲ ਤਨ ਮਨ ਧਨ ਦੇ ਨਾਲ ਹੈ। ਸੋ ਇਸ ਦੇ ਨਾਲ ਨਾਲ ਆਪਣੇ ਇੱਥੇ ਹੋਰ ਕਾਫੀ ਕੰਮ ਕਰਨ ਵਾਲੇ ਆ। ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਵੀ ਕੋਈ ਨੁਮਾਇੰਦਾ ਅੱਗੇ ਹੋ ਕੇ ਕੰਮ ਕਰਦਾ ਆ, ਪਲੀਜ਼ ਉਹਦਾ ਹੋਮਵਰਕ ਜ਼ਰੂਰ ਪਹਿਲਾਂ ਕਰਕੇ ਜਾਇਆ ਕਰਨ, ਤਾਂ ਜੋ ਇਦਾਂ ਦੀਆਂ ਗਲਤੀਆਂ ਦੁਬਾਰਾ ਠੀਕ ਕਰਨੇ ਨੂੰ ਫਿਰ ਐਨਰਜੀ ਬਹੁਤ ਲੱਗਦੀ ਆ। ਸੋ ਪਿਛਲੇ ਕਾਫੀ ਸਮੇਂ ਦੇ ਵਿੱਚ ਆਪਣੀ ਜੋ ਸਿੱਖ ਕੌਮ ਉਹ ਸੰਘਰਸ਼ ਦੇ ਵਿੱਚੋਂ ਹੀ ਜਾ ਰਹੀ ਆ,
ਸੋ ਜੋ ਜਿਹੜੀ ਐਨਰਜੀ ਆ ਸਹੀ ਥਾਂ ਦੇ ਲੱਗਣ ਦੀ ਬਜਾਏ ਉਹ ਸਾਰੀ ਆਲੇ ਦੁਆਲੇ ਲੱਗੀ ਜਾਂਦੀ ਹੈ, ਜਿਸ ਕਰਕੇ ਅਸੀਂ ਕਿਸੇ ਪ੍ਰਾਪਤੀ 'ਤੇ ਨਹੀਂ ਪਹੁੰਚ ਸਕਦੇ। ਸੋ ਮੈਂ ਇਹੀ ਬੇਨਤੀ ਕਰੂੰਗਾ ਸਾਰੀਆਂ ਸੰਗਤਾਂ ਨੂੰ ਜਾਂ ਨੁਮਾਇੰਦਿਆਂ ਨੂੰ, ਜੋ ਵੀ ਕੰਮ ਕਰਦੇ ਆ ਉਸ ਦਾ ਪਹਿਲਾਂ ਪ੍ਰੋਪਰ ਹੋਮਵਰਕ ਕਰਕੇ ਫਿਰ ਉਹ ਕਰਨ। ਸੋ ਗੁਰਦੁਆਰਾ ਸਾਹਿਬ ਤਨ ਮਨ ਧਨ ਦੇ ਨਾਲ ਪੂਰਾ ਸਹਿਯੋਗ ਨਾਲ ਦੇ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੇਨਤੀ ਆਈ ਸੀਗੀ ਕਿ ਇੰਗਲਿਸ਼ ਦੇ ਵਿੱਚ ਜਿੰਨੀ ਵੀ ਗੱਲਬਾਤ ਆ ਆਪਣੇ ਤੌਰ 'ਤੇ ਪੇਸ਼ ਕਰਾਂ। ਸੋ ਆਪ ਜੀ ਵੱਲੋਂ ਲਾਈਕ ਐਜ਼ ਐਨ ਇੱਕ ਤਾਂ ਧੰਨਵਾਦੀ ਹਾਂ ਕਿ ਜਿਹੜੇ ਪ੍ਰਬੰਧਕਾਂ ਨੇ ਇੱਥੇ ਆਣ ਕੇ ਸਭ ਕੁਛ ਜਿਹੜਾ ਆ ਨਾਟ ਓਨਲੀ ਸੈਟਅਪ ਕੀਤਾ ਆ, ਪਰ ਇਹਨੂੰ ਅੱਗੇ ਲਿਜਾਣ ਲਈ ਵੀ ਇੱਕ ਉਪਰਾਲਾ ਜਿਹੜਾ ਆ ਸੰਗਤਾਂ ਨੂੰ ਦਿੱਤਾ ਆ। ਉਹਦੇ ਵਿੱਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਅਤੇ ਜਿੰਨੇ ਵੀ ਹੋਰ ਇੱਥੇ ਆਪਣੀਆਂ ਸੰਸਥਾਵਾਂ ਨੇ, ਅਸੀਂ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਅਤੇ ਕੀ ਬਰਾਜ਼ਨ ਜਿੰਨਾ ਵੀ ਅਸੀਂ ਸਪੋਰਟ ਕਰ ਸਕਦੇ ਹਾਂ ਇਸ ਕਾਰਜ ਦੇ ਵਿੱਚ ਅਸੀਂ ਨਾਲ ਲੱਗਾਂਗੇ। ਸੋ ਆਈ ਲਾਈਕ ਟੂ ਐਕਚੁਅਲੀ ਸਟਾਰਟ ਆਫ ਵਿਦ ਐਗਨੋਲੇਜਿੰਗ ਦੈਟ ਵੀ ਸਟੈਂਡ ਹੇਅਰ ਟੂਡੇ ਔਨ ਦੀ ਅਨਸੀਡਿਡ ਆਕਿਊਪਾਈਡ ਟੈਰੀਟੋਰੀਜ਼ ਆਫ ਦਾ ਮਸਕਵੀਅਮ, ਸਕਵੀਅਮ, ਸਕਵਾਮਿਸ਼ ਫਰਸਟ ਨੇਸ਼ਨਸ, ਐਂਡ ਇਟਸ ਵੈਰੀ ਇੰਪੋਰਟੈਂਟ ਟੂ ਸਟੇਟ the state of the land itself, it's occupied and unceded, because that is the root of a majority of the problems that we see, and that is the root of Guru Nanak Jihad as well. So I wanted to start from there. Reclaiming what we've lost often starts with language. Ke boli jehdi hai jo assi gawaya ya jo ek raj gawaya ya sovereignty gawai ya paame assi sikh jehde punjab to aaye ha assi ha cha itthe de mool nivasi log ya ਬੋਲੀ ਦੇ ਤਹਿਤ ਦੇ ਉੱਤੇ ਬਹੁਤ ਕੁਛ ਜਿਹੜਾ ਆ ਗਵਾਇਆ ਜਾਂਦਾ ਆ। ਸਾਡੀ ਬੋਲੀ ਕੌਮਾ ਗਾਟਾ ਮਰੂ ਨਹੀਂ ਹੈਗੀ, ਨਾ ਕਦੀ ਸੀਗੀ। ਗੁਰੂ ਨਾਨਕ ਜਹਾਜ਼ ਜਿਹੜਾ ਆ, ਉਹ ਸ਼ਬਦ ਜਿਹੜਾ ਆ ਸਾਡਾ ਜਿਹੜਾ ਆ ਉਹ ਇਤਿਹਾਸਿਕ ਸ਼ਬਦ ਇਕੱਲਾ ਨਹੀਂ ਹੈਗਾ, ਉਹ ਇੱਕ ਖੂਨ ਦੇ ਵਿੱਚ ਇਤਿਹਾਸ ਜਿਹੜਾ ਆ ਉਹ ਲਿਖਿਆ ਗਿਆ ਆ ਕਿ ਜਦੋਂ ਇੱਥੋਂ ਸਾਡੇ ਬਾਬੇ ਇੱਥੋਂ ਮੁੜ ਕੇ ਗਏ, ਜੋ ਉਹਨਾਂ ਦੇ ਨਾਲ ਉੱਥੇ ਜਾ ਕੇ ਜੋ ਉੱਥੇ ਇੰਡੀਆ ਦੇ ਵਿੱਚ ਬ੍ਰਿਟਿਸ਼ ਆਕਿਊਪਾਈਡ ਬਾਏ ਦਾ ਕਾਲੋਨਾਈਜ਼ਰ ਇੰਡੀਆ ਦੇ ਵਿੱਚ ਉਹਨਾਂ ਨਾਲ ਹੋਇਆ ਕਤਲੇਆਮ ਹੋਇਆ, ਉਹ ਵੀ ਇੱਥੇ ਆਣ ਕੇ ਐਡਰੈਸ ਕਰਨਾ ਚਾਹੀਦਾ ਆ। ਸਾਡੇ ਲਈ 110 ਸਾਲ ਬਾਅਦ ਅੱਜ ਜਿਹੜਾ ਰੋਲ ਆ, ਵਟ ਇਜ਼ ਅਰ ਰੋਲ 110 ਈਅਰਸ ਲੇਟਰ, ਅਰ ਰੋਲ ਇਜ਼ ਟੂ ਇਨਸ਼ੋਰ ਦੈਟ ਦੈਟ ਸੇਮ ਵਾਇਲੈਂਸ, ਦੈਟ ਸੇਮ ਡਿਸਕ੍ਰਿਮੀਨੇਸ਼ਨ ਐਂਡ ਰੇਸਿਜ਼ਮ ਇਨਫਲਿਕਟਿਡ 110 ਈਅਰਸ ਅਗੋ ਡਜ਼ਨਟ ਹੈਪਨ ਅਗੇਨ ਟੂਡੇ। ਅਰ ਰੋਲ ਇਜ਼ ਟੂ ਇਨਸ਼ੋਰ ਦੈਟ ਦਿਸ ਸੋਸਾਇਟੀ ਦੈਟ ਵੀ ਆਰ ਇਨ ਟੂਡੇ, ਦੈਟ ਵੀ ਐਗਨੋਲਜ ਦ ਹਿਸਟੋਰਿਕ ਰੋਂਗਸ ਦੈਟ ਹੈਵ ਹੈਪਨਡ ਵਿਦ ਦ ਫਰਸਟ ਨੇਸ਼ਨਸ ਔਨ ਦਿਸ ਲੈਂਡ। ਅਰ ਜੋਬ ਇਜ਼ ਟੂ ਸਟੈਂਡ ਵਿਦ ਦੈਮ ਇਨ ਸੋਲੀਡੈਰਿਟੀ, ਨਾਟ ਓਨਲੀ ਵਿਦ ਟੋਕਨਿਜ਼ਮ ਬਟ ਵਿਦ ਐਕਚੁਅਲ ਐਕਸ਼ਨ, to look at truth and reconciliation not only as hollow words but as to look at them as in practical means of addressing those historical wrongs. I'd like to thank the elder that was spoke here at the very beginning for acknowledging something that is a continuation of genocidal violence that has occurred with the Sikh people for over 75 years but can be traced back to its colonial roots back in 1849 with the coming of the British into Punjab and colonizing that land, breaking us from Punjabi, from Punjabiyat, from Sikhi, and from our roots in that land, and forcing us to go abroad. In 1914, if Sikhs came to this land, there was a reason they came to this land. Over 100 years later, if our children, an entire generation of Sikh children, are fleeing that land once again, the question must be asked, what are they fleeing from? Immigration policies in this country aren't based alone on who is allowed here or not. If anyone is illegal here, we are all illegal here. Otherwise, we all are on the land of unceded and occupied territories of the First Nations. No white face, no brown face, no black face, no Asian face has more right to this land than any other. And we are all have carrying a settler history here as well. And these things have to be acknowledged in these moments.
Finally, I started with reclaiming what's been lost. The reclaiming of this land by the First Nations of this land, their governance on this land, their unceded and occupied territories is absolutely essential for this country to move forward from its genocidal past and its colonial past. Along with that comes the sick path that we have chosen, the genocidal, colonial, and now fascist Indian state continues to occupy Punjab, and the governance of Punjab, Khalistan has to come back into the hands of Sikhs as well. And that is a collective effort of the Sikh population. Sovereignty has to be discussed in these moments because the underlying root of all of this is sovereignty. To break this away as simply discrimination is not enough. The issue of sovereignty is core to the First Nations of this country, and the issue of sovereignty is core to the Sikh Panth and the Khalsa Panth as well. So at the end, I would like to always say, always remember, apologies and promises of reconciliation and truth are hollow words unless there is actual work, action, implementation, and accountability with those governments and leaders as well. Vaheguru Ji Ka Khalsa, Vaheguru Ji.